मानयोग जिला मजिस्ट्रेट साहब पटियाला वालों रात को 9 बजे तो लैके सवेर के 5 बजे तक कोविड संबंधी कर्फ्यू लाया गया। उन्होंने हुक्म की इन बिन पालना की जा रही है। एरिया थाना सनौर के सारिया दुकाना बंद ने, बिल्कुल कर्फ्यू जिहड़ा 100% लागू है। ਜਿਹੜਾ ਪਟਿਆਲਾ ਪੁਲਿਸ ਵੱਲੋਂ ਚਲਾਇਆ ਗਿਆ ਅਭਿਆਨ ਵੀ ਮਾਸਕ ਦੇ ਚਲਾਨ ਕੱਟੇ ਜਾਣਗੇ, ਕੀ ਕੱਲ੍ਹ ਤੋਂ ਇਹ ਵੀ ਸ਼ੁਰੂ ਕੀਤਾ ਜਾਏਗਾ ਚਲਾਨ ਕੱਟੇ ਜਾਣਗੇ? ਅਸੀਂ ਆਲਰੇਡੀ ਪਹਿਲਾਂ ਹੀ ਚਲਾਨ ਕੱਟ ਰਹੇ ਹਾਂ ਜਿਨ੍ਹਾਂ ਦੇ ਮਾਸਕ ਨਹੀਂ ਹੁੰਦੇ, ਅਤੇ ਜਿਹੜੇ ਮਤਲਬ ਗਰੀਬ ਆਦਮੀ ਨੇ ਉਹਨਾਂ ਨੂੰ ਮਾਸਕ ਕੋਲੋਂ ਅਸੀਂ ਵੰਡਦੇ ਹਾਂ। ਜਿਹੜੀ ਗੱਲ ਕਰੀਏ ਅੱਜ ਪਹਿਲਾ ਦਿਨ ਹੈ, ਤਾਂ ਕਿਸ ਤਰ੍ਹਾਂ ਲੋਕਾਂ ਨੂੰ ਕਿਵੇਂ ਚੇਤਾਵਨੀ ਦਿੱਤੀ ਜਾਏਗੀ ਜਾਂ ਨਾਲ ਦੀ ਨਾਲ ਐਕਸ਼ਨ ਲਿੱਤਾ ਜਾਵੇ? ਲੋਕ ਅਵੇਅਰ ਨੇ ਇਸ ਪ੍ਰਤੀ, ਮਤਲਬ ਜਾਗਰੂਕ ਨੇ ਸਾਰੇ ਹੀ, ਤਕਰੀਬਨ ਸੋਸ਼ਲ ਮੀਡੀਆ 'ਤੇ, ਟੀ ਵੀ 'ਤੇ, ਸਾਰੇ ਕਿਤੇ ਜਿਹੜੀ ਹੈਗੀ ਆ ਮਤਲਬ ਖਬਰਾਂ ਪੜ੍ਹੀਆਂ ਨੇ, ਅਤੇ ਤਕਰੀਬਨ ਲੋਕਾਂ ਨੇ ਮਤਲਬ ਪੂਰਾ ਕੋਆਪਰੇਟ ਕੀਤਾ ਇਸ ਗੱਲ 'ਚ। ਹਾਂ ਸਰ, ਦੱਸ ਦਿਓ ਅੱਜ ਜਿਹੜਾ ਹੈਗਾ ਨਾਕਾਬੰਦੀ ਲਾਈ ਹੋਈ ਹੈ, ਕਿਸ ਵਾਸਤੇ ਲਾਈ ਹੋਈ ਹੈ, ਅਤੇ ਜਿਹੜਾ ਟਾਈਮ ਸੀਗਾ ਕਿੰਨਾ ਕੁ ਟਾਈਮਿੰਗ ਰੱਖੀ ਗਈ ਹੈ ਔਰ ਕੀ ਹੈ? ਜਿਹੜਾ ਸਰਕਾਰ ਵੱਲੋਂ ਟਾਈਮਿੰਗ ਰੱਖੀ ਗਈ ਹੈ ਉਹ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ, ਜਿਹੜਾ ਉਹਨੂੰ ਬੰਦ ਦਾ ਰੱਖਿਆ ਗਿਆ। ਅਤੇ ਅੱਜ ਇਸੇ ਵਿਸ਼ੇ 'ਤੇ ਅਸੀਂ ਜਿਹੜਾ ਇੱਥੇ ਖੜ੍ਹੇ ਹਾਂ, ਤਾਂ ਜੋ ਦੁਕਾਨਾਂ ਨੇ ਜਾਂ ਆਵਾਜਾਈ ਹੈ ਇਹਨੂੰ ਅਸੀਂ 9 ਵਜੇ ਬੰਦ ਕਰਾ ਸਕਦੇ। ਜਿਹੜੀ ਉਲੰਘਣਾ ਕਰੇਗਾ ਤਾਂ ਕਿੱਦਾਂ ਦੀ ਕਾਰਵਾਈ ਹੋਏਗੀ? ਅੱਜ ਇਕੱਲੀ ਵਾਰਨਿੰਗ ਦਿੱਤੀ ਜਾਊਗੀ ਜਾਂ ਕੋਈ ਕਾਰਵਾਈ ਵੀ ਹੋਏਗੀ? ਅੱਜ ਇਕੱਲੀ ਅਸੀਂ ਵਾਰਨਿੰਗ ਦੇਵਾਂਗੇ, ਜੇ ਔਰ ਕੱਲ੍ਹ ਤੋਂ ਅਸੀਂ ਇਸ ਕਾਰਵਾਈ ਨੂੰ ਜਿਹੜੀ ਹੈਗੀ ਹੈ ਸ਼ੁਰੂ ਕਰਾਂਗੇ। ਸਰ, ਵੈਸੇ ਤਾਂ ਜ਼ਿਆਦਾਤਰ ਬਾਜ਼ਾਰ ਆਪਣੇ ਆਪ ਹੀ ਲੋਕਾਂ ਨੇ ਅੱਜ ਬੰਦ ਕਰ ਹੀ ਦਿੱਤੇ ਅਤੇ 9 ਵਜੇ ਤੋਂ ਪਹਿਲਾਂ ਹੀ, ਪਰ ਜਿਹੜੇ ਜ਼ਿਆਦਾਤਰ ਉਲੜਬਾਜ਼ੀ ਕਰਨ ਵਾਲੇ ਹੈਗੀਆਂ ਉਹਨਾਂ ਦੇ ਉਹਨਾਂ ਨੂੰ ਕੀ ਹਦਾਇਤ ਦੇਣਾ ਚਾਹੁੰਦਾ ਹੈ? ਉਹਨਾਂ ਨੂੰ ਅੱਜ ਅਸੀਂ ਇਹੀ ਹਦਾਇਤ ਕਰਾਂਗੇ ਕਿ ਆਪਣਾ ਜਿਹੜਾ ਤੁਸੀਂ ਇਹ ਬੰਦ ਕਰ ਦਿਓ 9 ਵਜੇ ਤੋਂ, ਨਹੀਂ ਫਿਰ ਉਹਨਾਂ ਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸਰ, ਪਟਿਆਲਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜੀ? ਪਟਿਆਲਾ ਵਾਸੀਆਂ ਨੂੰ ਇਹੀ ਹੁੰਦਾ ਕਿ ਕਰੋਨਾ ਤੋਂ ਜਿਹੜਾ ਆਪਣਾ ਧਿਆਨ ਰੱਖੋ, ਇਹ ਕਰੋਨਾ ਜਿਹੜਾ ਇਸ ਟਾਈਮ ਚੱਲ ਰਿਹਾ ਇਹ ਬਹੁਤ ਜ਼ਿਆਦਾ ਖਤਰਨਾਕ, ਜਿਹਨੂੰ ਵੀ ਥੋੜ੍ਹੀ ਜਿਹੀ ਵੀ ਬਿਮਾਰੀ ਆ ਉਹਦੀ ਇਸ ਕਰੋਨਾ ਦੌਰਾਨ ਮੌਤ ਹੋ ਰਹੀ ਹੈ। ਇਸ ਲਈ ਆਪਦਾ ਧਿਆਨ ਰੱਖੋ, ਘਰ ਰਹੋ। ਕੋਈ ਮਾਸਕ ਚਲਾਉਣ ਵਗੈਰਾ ਕੀਤੇ ਜਾ ਰਹੇ ਆਪਣੇ ਵੱਲੋਂ? ਕੋਈ ਮਾਸਕ ਦੇ ਰੋਜ਼ ਦੇ 10 ਚਲਾਉਣ ਦੇ ਕੀਤੇ ਜਾ ਰਹੇ ਨੇ ਸਾਡੇ ਵੱਲੋਂ, ਇੱਕ ਥਾਣੇ ਵੱਲੋਂ ਰੋਜ਼ ਦੇ 10 ਚਲਾਉਣ ਅਸੀਂ ਕਰ ਰਹੇ ਹਾਂ ਮਾਸਕ ਦੇ। ਔਰ ਸਾਰਿਆਂ ਨੂੰ ਅਪੀਲ ਹੈ